ਬੜੀ ਇਹ ਦੁੱਖਦਾਈ ਗੱਲ ਹੁੰਦੀ ਆ ਵੀ ਕਿਸੇ ਬੰਦੇ ਨੂੰ ਕੋਈ ਬੰਦਾ ਮਾੜੀ ਮੋਟੀ ਗੱਲ ਕਹਿ ਜਾਵੇ ਨਾ, ਉਹਦੇ 'ਤੇ ਵੀ ਫੱਟ ਪਰ ਚੜ੍ਹਦਾ ਦਰਜ ਹੁੰਦਾ, ਕਿਉਂਕਿ ਉਹਦਾ ਨਾਮ ਵੱਡਾ ਹੈ। ਇਸ ਕਰਕੇ ਉਹਦੇ 'ਤੇ ਪਰਚਾ ਦਰਜ ਕਰਾਉਣ ਨੂੰ ਵੀ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਦੇ ਧਰਨੇ ਲਾਉਣੇ ਪਏ। ਗੁਰਦਾਸ ਮਾਨ ਤੋਂ ਵੀ ਕਹਿੰਦੇ ਨੇ ਕਿ ਬਈ ਮੈਨੂੰ ਗਲਤੀ ਹੋਈ ਹੈ, ਜਿਸ ਤਰੀਕੇ ਦੇ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਨੇ ਖਾਸ ਕਰ ਕਿਹਾ। ਗੁਰਦਾਸ ਮਾਨ ਤੋਂ ਇਹ ਕੋਈ ਸੁੱਤੇ ਸਿੱਧ ਹੋਈ ਗਲਤੀ ਨਹੀਂ ਹੈ ਵੀ ਜਿਹਨੂੰ ਮਾਫ਼ ਕਰ ਦਿੱਤਾ ਜਾਵੇ। ਮਾਫ਼ੀ ਉਹਦੀ ਹੁੰਦੀ ਹੈ ਕਿ ਜਿਹੜੀ ਅਣਜਾਣੇ 'ਚ ਹੋ ਜਾਵੇ ਕੋਈ ਗਲਤੀ। ਜਿਹੜੇ ਗੁਰਦਾਸ ਮਾਨ ਨੂੰ ਅੱਜ ਲੋਕ ਬਾਬਾ ਕਹਿ ਕੇ ਸੰਬੋਧਨ ਕਰਦੇ, ਉਸੇ ਗੁਰਦਾਸ ਮਾਨ ਦੇ ਐਸੇ ਗੀਤ ਹੈ ਸ਼ਾਇਦ ਤੁਸੀਂ ਆਪਸ ਵਿੱਚ ਬੈਠ ਕੇ ਸੁਣ ਹੀ ਨਹੀਂ ਸਕਦੇ। ਪਰ ਗੁਰਦਾਸ ਮਾਨ ਇਹ ਕਹੇ ਕਿ ਉਹ ਡੇਰੇ ਵਿੱਚ ਆਪਣੇ ਜੋ ਮਰਜ਼ੀ ਬਿਆਨ ਦੇ ਦੇਵੇ ਅਤੇ ਅਸੀਂ ਉਹਨੂੰ ਇੱਦਾਂ ਬਖਸ਼ ਦੇਵਾਂਗੇ, ਇੱਦਾਂ ਦਾ ਕੁਛ ਨਹੀਂ ਚੱਲਣਾ ਹੈਗਾ। ਸਾਨੂੰ ਇਹ ਚੀਜ਼ਾਂ ਸਾਰੀਆਂ ਸਮਝ ਆਉਂਦੀਆਂ, ਗੁਰਦਾਸ ਮਾਨ ਕੀ ਕਹਿਣਾ ਚਾਹੁੰਦਾ, ਗੁਰਦਾਸ ਮਾਨ ਦਾ ਕੀ ਸਟੈਂਡ ਆ। ਉਹਨੂੰ ਪੁੱਛੋ ਤੇਰੇ ਰਿਵਿਊ ਕਿੰਨੇ ਘੱਟ ਗਏ, ਲੋਕ ਫੋਨ 'ਤੇ ਨਹੀਂ ਸੁਣਦੇ ਮਹਾਰਾਜ, ਜਿੱਥੇ ਕੋਈ ਨਹੀਂ ਦੇਖਣ ਵਾਲਾ, ਕੋਈ ਨਹੀਂ ਪੁੱਛਣ ਵਾਲਾ, ਉੱਥੇ ਨਹੀਂ ਦੇਖਦੇ ਗੁਰਦਾਸ ਮਾਨ। ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਗੁਰਦਾਸ ਮਾਨ ਹੋਰਾਂ ਵੱਲੋਂ ਰੋ ਕੇ ਇੰਟਰਵਿਊ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਗੁਰਦਾਸ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਵੀ ਪਹਿਲਾਂ ਹੋਇਆ 2019 ਦੇ ਵਿੱਚ ਹੋਇਆ, ਉਸਨੂੰ ਪੰਜਾਬੀਆਂ ਨੇ ਹਾਲੇ ਤੱਕ ਵੀ ਨਹੀਂ ਭੁਲਾਇਆ ਅਤੇ ਉਸਦੀ ਸਜ਼ਾ ਹਜੇ ਵੀ ਮੈਨੂੰ ਮਿਲਦੀ ਹੋਈ ਨਜ਼ਰ ਆ ਰਹੀਆਂ ਨੇ। ਇੰਟਰਵਿਊ ਦੇ ਵਿੱਚ ਬਹੁਤ ਕੁਝ ਹੋਇਆ ਹੈ, ਬਹੁਤ ਗੱਲਾਂ ਉਹ ਨੇ ਜੋ ਰਾਜ ਦੀਆਂ ਨੇ, ਇਹ ਸਾਰੀਆਂ ਗੱਲਾਂ ਦੇ ਉੱਪਰੋਂ ਪਰਦੇ ਜਿਹੜੇ ਨੇ ਉਹ ਆਵਾਜ਼ ਕੌਮ ਦੇ ਆਗੂ ਸਾਡੇ ਨਾਲ ਨੇ, ਉਹ ਜ਼ਰੂਰ ਖੋਲ੍ਹਣਗੇ, ਕਿਉਂਕਿ ਆਵਾਜ਼ ਕੌਮ ਵੱਲੋਂ ਹੀ ਜਿਹੜਾ ਹੈ ਗੁਰਦਾਸ ਮਾਨ ਹੋਰਾਂ ਦੇ ਉੱਪਰ ਪਰਚਾ ਦਰਜ ਕਰਾਉਣ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਸੀ। ਪਰਚਾ ਦਰਜ ਵੀ ਕਰਾਇਆ ਗਿਆ ਅਤੇ ਹਾਲੇ ਤੱਕ ਕੋਰਟ ਦੇ ਵਿੱਚ ਜਿਹੜਾ ਹੈ ਉਹ ਇਸ ਪਰਚੇ ਨੂੰ ਲੈ ਕੇ ਜਿਹੜੀ ਆ ਉਹ ਬਿਆਨਬਾਜ਼ੀ ਜਿਹੜੀਆਂ ਨੇ ਉਹ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਕਈ ਗੱਲਾਂ ਕਈ ਰਾਜ ਜਿਹੜੇ ਨੇ ਉਹ ਅਹਿਮ ਇਹਨਾਂ ਵੱਲੋਂ ਦੱਸੇ ਗਏ ਨੇ। ਅੱਛਾ, ਜਿਸ ਤਰੀਕੇ ਦੇ ਨਾਲ ਗੁਰਦਾਸ ਸਿੰਘ ਮੇਰੇ ਮੂੰਹ 'ਚੋਂ ਨਿਕਲ ਗਿਆ, ਗੁਰਦਾਸ ਮਾਨ ਹੋਰਾਂ ਵੱਲੋਂ ਰੋ ਕੇ ਇੰਟਰਵਿਊ ਦਿੱਤੀ ਗਈ ਨਿੱਜੀ ਚੈਨਲ ਦੇ ਉੱਪਰ, ਅਤੇ ਉਸ ਦੇ ਵਿੱਚ ਕਿਹਾ ਗਿਆ ਕਿ ਬਈ ਮੈਨੂੰ ਮਾਫ਼ ਕਰ ਦੇਣਾ ਚਾਹੀਦਾ ਹੈਗਾ ਸਿੱਖਾਂ ਨੂੰ, ਇਹ ਮਾਮਲਾ ਕੀ ਹੈ, 2019 ਦਾ ਮਾਮਲਾ ਹੁਣ ਦੁਬਾਰਾ ਕਿਉਂ ਗੁਰਦਾਸ ਮਾਨ ਹੋਰੀ ਜਿਹੜੇ ਨੇ ਉਹ ਚੱਕਦੇ ਹੋਏ ਨਜ਼ਰ ਆ ਰਹੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਕੀ ਹੈਗਾ ਕਿ ਗੁਰਦਾਸ ਮਾਨ ਨੇ ਅੱਜ ਤੋਂ ਤਕਰੀਬਨ ਕੋਈ 4 ਸਾਲ ਪਹਿਲਾਂ ਡੇਰੇ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਤੁਲਨਾ ਕੀਤੀ ਡੇਰੇ ਦੇ ਮੁਖੀ ਦੀ, ਉਹਦੇ ਬਾਰੇ ਤਕਰੀਬਨ ਸੰਗਤ ਭਲੀ ਭਾਂਤ ਜਾਣੀ ਹੈ। ਉਹਦੇ ਸੰਬੰਧ ਦੇ ਵਿੱਚ ਸੰਗਤ ਨੂੰ ਉਹਦੇ 'ਤੇ ਦੇਖੋ, ਇੱਕ ਤਾਂ ਬੜੀ ਇਹ ਦੁੱਖਦਾਈ ਗੱਲ ਹੁੰਦੀ ਆ ਵੀ ਕਿਸੇ ਬੰਦੇ ਨੂੰ ਕੋਈ ਬੰਦਾ ਮਾੜੀ ਮੋਟੀ ਗੱਲ ਕਹਿ ਜਾਵੇ ਨਾ, ਉਹਦੇ 'ਤੇ ਵੀ ਫੱਟ ਪਰ ਚੜ੍ਹਦਾ ਦਰਜ ਹੋ ਜਾਂਦਾ, ਕਿਉਂਕਿ ਉਹਦਾ ਨਾਮ ਵੱਡਾ ਹੈ। ਇਸ ਕਰਕੇ ਉਹਦੇ 'ਤੇ ਪਰਚਾ ਦਰਜ ਕਰਾਉਣ ਨੂੰ ਵੀ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਦੇ ਧਰਨੇ ਲਾਉਣੇ ਪਏ, ਪ੍ਰੋਟੈਸਟ ਕਰਨੇ ਪਏ। ਕਿੰਨੀਆਂ ਖੱਜਲ ਖੁਆਰੀਆਂ ਤੋਂ ਬਾਅਦ 'ਚ ਉਹਦੇ 'ਤੇ ਜਾ ਕੇ 295 ਦਾ ਪਰਚਾ ਦਰਜ ਕੀਤਾ ਜਾਂਦਾ, ਫਿਰ ਉਹਦਾ ਕੇਸ ਜਿਹੜਾ ਹੈਗਾ ਲੰਮੇ ਅਰਸੇ ਤੋਂ ਚੱਲ ਰਿਹਾ। ਹੁਣ ਤਕਰੀਬਨ 4 ਸਾਲ ਤੋਂ ਗੁਰਦਾਸ ਮਾਨ ਨੂੰ ਲੋਕਾਂ ਨੇ ਇੰਨਾ ਜ਼ਬਰਦਸਤ ਜਿਹੜਾ ਸੀਗਾ ਉਹ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਵੀ ਗੁਰਦਾਸ ਮਾਨ ਦਾ ਤਕਰੀਬਨ ਕੰਮ ਪੰਜਾਬ ਦੇ ਵਿੱਚੋਂ ਤਾਂ ਜ਼ੀਰੋ ਹੋ ਗਿਆ, ਉਹਦੇ ਪ੍ਰੋਗਰਾਮ ਜ਼ੀਰੋ ਹੋ ਗਏ। ਤਕਰੀਬਨ ਜਿੱਥੇ ਜਾਂਦਾ ਸੀ ਲੋਕ ਉਹਦਾ ਵਿਰੋਧ ਕਰਦੇ ਸੀ, ਕਿਉਂਕਿ ਉਹਨੇ ਜਿਹੜੀ ਕੁਤਾਹੀ ਕੀਤੀ ਬਹੁਤ ਵੱਡੀ ਕੀਤੀ। ਕੋਈ ਬੰਦਾ ਕਿਸੇ ਬੰਦੇ ਦੇ ਖਿਲਾਫ਼ ਕਹਿ ਜਾਵੇ ਨਾ ਤਾਂ ਗੱਲ ਉਹ ਵੀ ਨਹੀਂ ਜਰੀ ਜਾਂਦੀ, ਅਤੇ ਉਹਨੇ ਮੱਥਾ ਹੀ ਸਿੱਧਾ ਗੁਰੂ ਸਾਹਿਬ ਦੇ ਨਾਲ ਰੱਬ ਦੇ ਨਾਲ ਲਾ ਲਿਆ। ਤੋ ਇਸ ਕਰਕੇ ਜਿਹੜਾ ਉਹਦਾ ਗੁਨਾਹ ਆ ਉਹ ਐਡਾ ਵੱਡਾ ਆ ਵੀ ਉਹ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇਸ ਚੀਜ਼ ਦੇ ਲਈ ਸਮਰੱਥ ਆ ਵੀ ਉਹਨੂੰ ਉਹ ਕੋਈ ਮਾਫ਼ੀ ਦੇ ਦੇਵੇ, ਕਿਉਂਕਿ ਗੱਲ ਗੁਰੂ ਦੀ ਆ ਅਤੇ ਉਹਨੂੰ ਬਾਕੀ ਦੇ ਬੰਦੇ ਜਿਹੜੇ ਹੈਗੇ ਉਹਦੇ 'ਤੇ ਫੈਸਲਾ ਨਹੀਂ ਲੈ ਸਕਦੇ। ਅਸੀਂ ਤਾਂ ਇਹ ਕਹਿ ਸਕਦੇ ਵੀ ਹਾਂ ਉਹਨੇ ਗੁਨਾਹ ਕੀਤਾ ਅਤੇ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਫਿਲਹਾਲ ਅਸੀਂ ਜਿਹੜਾ ਜੋ
ਇੱਕ ਕੋਰਟ ਦਾ ਰਸਤਾ ਹੈਗਾ ਉਹਦੇ ਜ਼ਰੀਏ ਚੱਲ ਰਹੇ ਹਾਂ। ਅਤੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਇਹ ਸਾਨੂੰ ਤਾਂ ਕਰਨੀ ਪਈ ਕਿਉਂਕਿ ਉਹਨੇ ਇੱਕ ਮਗਰਮੱਛ ਦੇ ਹੰਝੂ ਵਹਾ ਕੇ ਸੋਸ਼ਲ ਮੀਡੀਆ 'ਤੇ ਆਪਣਾ ਪੱਖ 'ਤੇ ਰੱਖ ਦਿੱਤਾ। ਉਹਦਾ ਪੱਖ 'ਤੇ ਲੋਕ ਦੇਖ ਵੀ ਰਹੇ ਸੋਸ਼ਲ ਮੀਡੀਆ 'ਤੇ, ਪਰ ਜਿਹੜਾ ਸਾਡਾ ਪੱਖ ਆ ਦੂਜੇ ਪਾਸੇ ਦਾ, ਸੰਗਤ ਦਾ ਪੱਖ ਆ ਆਪਾਂ ਉਹ ਕਹਿ ਲਈਏ, ਅਤੇ ਉਹ ਪੱਖ ਵੀ ਤਾਂ ਲੋਕਾਂ ਤੱਕ ਜਾਣਾ ਚਾਹੀਦਾ। ਉਹਦੇ ਲਈ ਫਿਰ ਸਾਨੂੰ ਇਹ ਪ੍ਰੈਸ ਕਾਨਫਰੰਸ ਕਰਨੀ ਜ਼ਰੂਰੀ ਸੀ ਤਾਂ ਜੋ ਲੋਕਾਂ ਨੂੰ ਦੂਜੇ ਪਾਸੇ ਦਾ ਵਰਜਨ ਵੀ ਜਿਹੜਾ ਹੈਗਾ ਉਹ ਪਤਾ ਲੱਗ ਸਕੇ ਕੀ ਚੱਲ ਰਿਹਾ। ਅੱਛਾ, ਜਿਸ ਤਰੀਕੇ ਦੇ ਨਾਲ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਵੱਲੋਂ ਹੰਝੂ ਵਹਾਏ ਗਏ, ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਬੋਲ ਬੋਲੇ ਗਏ ਕਿ ਸਿੱਖਾਂ ਨੂੰ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ, ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪਿਛਲੇ 4 ਸਾਲਾਂ ਤੋਂ ਹੋ ਰਿਹਾ ਹੈ, ਸ਼ੋਅ ਰੱਦ ਹੋ ਰਹੇ ਨੇ, ਪੰਜਾਬ ਤੋਂ ਬਾਹਰ ਵੀ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ, ਤਾਂ ਲੱਗਦਾ ਹੀ ਨਹੀਂ ਹੈਗਾ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ? ਦੇਖੋ ਜੀ, ਦੋ ਗੱਲਾਂ। ਪਹਿਲੀ ਤਾਂ ਮੈਂ ਕਲੀਅਰ ਕਰ ਚੁੱਕਾ ਵੀ ਗੱਲ ਉਹਨੇ ਤੌਹੀਨ ਗੁਰੂ ਸਾਹਿਬ ਦੀ ਕੀਤੀ ਆ ਅਤੇ ਉਹਦੇ ਲਈ ਬੰਦਾ ਫੈਸਲਾ ਨਹੀਂ ਲੈ ਸਕਦਾ। ਦੂਸਰੀ, ਜੇ ਉਹਨੇ ਕੋਈ ਐਸੀ ਗਲਤੀ ਕੀਤੀ ਹੁੰਦੀ ਜਿਹਨੂੰ ਬੰਦੇ ਫੈਸਲਾ ਲੈ ਕੇ ਮਾਫ਼ ਕਰਦੇ ਜਾਂ ਕੁਛ ਕਰਦੇ, ਤਾਂ ਉਹਦਾ ਵੀ ਇੱਕ ਪ੍ਰੋਸੈਸ ਅਤੇ ਤਰੀਕਾ ਹੁੰਦਾ। ਤੀਸਰੀ ਗੱਲ, ਗੁਰਦਾਸ ਮਾਨ ਤੋਂ ਇਹ ਕੋਈ ਸੁੱਤੇ ਸਿੱਧ ਹੋਈ ਗਲਤੀ ਨਹੀਂ ਹੈ ਵੀ ਜਿਹਨੂੰ ਮਾਫ਼ ਕਰ ਦਿੱਤਾ ਜਾਵੇ। ਮਾਫ਼ੀ ਉਹਦੀ ਹੁੰਦੀ ਹੈ ਕਿ ਜਿਹੜੀ ਅਣਜਾਣੇ 'ਚ ਹੋ ਜਾਵੇ ਕੋਈ ਗਲਤੀ, ਅਤੇ ਬੰਦਾ ਕਹਿ ਸਕਦਾ ਜੀ ਮੈਨੂੰ ਮਾਫ਼ ਕਰ ਦਿਓ। ਜਿਹੜੀ ਮੈਂ ਚਾਹ ਕੇ ਕੀਤਾ ਆ ਉਹ ਗੁਨਾਹ ਆ। ਗਲਤੀ ਅਤੇ ਗੁਨਾਹ ਦੇ ਵਿੱਚ ਫ਼ਰਕ ਹੁੰਦਾ। ਗਲਤੀ ਦੀ ਮਾਫ਼ੀ ਹੋ ਸਕਦੀ, ਗੁਨਾਹ ਦੀ ਤਾਂ ਸਜ਼ਾ ਹੀ ਬਣਦੀ ਹੈ, ਉਹ ਬੰਦੇ ਨੂੰ ਭੁਗਤਣੀ ਚਾਹੀਦੀ ਹੈ, ਬਣਦੀ। ਆਪ ਜੇ ਉਹਨੂੰ ਵਾਕਿਆ ਪਛਤਾਵਾ ਤਾਂ ਪੱਲਾ ਅੱਡ ਕੇ ਉਹਨੂੰ ਉਹ ਜਿਹੜੀ ਸਜ਼ਾ ਆਪਣੀ ਝੋਲੀ 'ਚ ਪਵਾਉਣੀ ਚਾਹੀਦੀ, ਔਰ ਕਹਿਣਾ ਚਾਹੀਦਾ ਵੀ ਠੀਕ ਹੈ ਜੀ ਮੈਂ ਇਸ ਚੀਜ਼ ਦਾ ਹੱਕਦਾਰ, ਮੈਂ ਭੁਗਤੂੰਗਾ। ਗੁਰਦਾਸ ਮਾਨ ਕਿੱਥੇ ਆ ਜਾਣ ਜਦੋਂ ਉਹਨਾਂ ਨੂੰ ਪੰਜਾਬ ਦੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੰਘ ਜਿਹੜੇ ਨੇ ਉਹ ਮਾਫ਼ ਕਰ ਦੇਣਗੇ, ਕਿਸ ਥਾਂ ਦੇ ਉੱਤੇ ਆਉਣ, ਕੀ ਕਹਿਣ? ਨਹੀਂ, ਇਹ ਮਸਲਾ ਤਾਂ ਇਸ ਤਰੀਕੇ ਦਾ ਹੈ ਹੀ ਨਹੀਂ ਨਾ ਵੀ ਇਸ ਮਸਲੇ ਦੇ ਵਿੱਚ ਉਹ ਕਿਸੇ ਸਿੰਘਾਂ ਕੋਲ ਚੱਲ ਜਾਵੇ ਅਤੇ ਮਾਫ਼ੀ ਲੈ ਲਵੇ। ਮੈਂ ਤੁਹਾਨੂੰ ਦੱਸਿਆ ਕਿਸੇ ਬੰਦੇ ਨਾਲ ਜੁੜੀ ਤਾਂ ਘਟਨਾ ਹੈ ਨਹੀਂ, ਇਹ ਤਾਂ ਗੁਰੂ ਦੇ ਸੰਬੰਧ ਦੇ ਵਿੱਚ ਹੈ ਅਤੇ ਇਹ 'ਚ ਤਾਂ ਉਹਨੂੰ ਸਜ਼ਾ ਹੀ ਭੁਗਤਣੀ ਪੈਣੀ। ਬਹੁਤ ਬਹੁਤ ਵੱਡੇ ਮਸਲੇ ਹੋਏ ਨੇ ਜਿਵੇਂ ਡੇਰਾ ਰਾਮ ਰਹੀਮ ਵਾਲਾ ਮਸਲਾ ਹੋਇਆ, ਜਿਸ ਤਰੀਕੇ ਦੇ ਨਾਲ ਬਾਣਾ ਪਾਇਆ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਵੀ ਮਾਫ਼ੀ ਮਿਲ ਗਈ ਸੀ ਇੱਕ ਸਮੇਂ ਦੇ ਵਿੱਚ, ਜਾਂ ਫਿਰ ਹਾਲਾਂਕਿ ਉਹਨਾਂ ਉੱਪਰ ਕੇਸ ਦੁਬਾਰਾ ਚੱਲ ਗਿਆ। ਕਈ ਚੀਜ਼ਾਂ ਹੋ ਰਹੀਆਂ ਨੇ ਇਸ ਤਰੀਕੇ ਦੇ ਨਾਲ। ਗੁਰਦਾਸ ਮਾਨ ਤੋਂ ਵੀ ਕਹਿੰਦੇ ਨੇ ਕਿ ਬਈ ਮੈਨੂੰ ਗਲਤੀ ਹੋਈ ਹੈ ਜਿਸ ਤਰੀਕੇ ਦੇ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਆ, ਕੀ ਉਸਦੀ ਮਾਫ਼ੀ ਨਹੀਂ ਹੈ? ਕੀ ਉਸਦੀ ਮਾਫ਼ੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਾ ਕੇ ਮੰਗੀ ਨਹੀਂ ਜਾ ਸਕਦੀ? ਕਿਸੇ ਸਟੇਜ ਦੇ ਉੱਤੇ ਜਾ ਕੇ ਮੰਗੀ ਨਹੀਂ ਜਾ ਸਕਦੀ? ਸੋਸ਼ਲ ਮੀਡੀਆ ਦੇ ਉੱਪਰ ਆ ਕੇ ਮੰਗੀ ਨਹੀਂ ਜਾ ਸਕਦੀ? ਕਿ ਇਸ ਤੋਂ ਵੀ ਉੱਪਰ ਕੋਈ ਮਾਫ਼ੀ ਜਿਹੜਾ ਹੈਗਾ ਉਹ ਮੰਗਣ ਵਾਲਾ ਅਸੂਲ ਹੈਗਾ? ਦੇਖੋ, ਮੈਨੂੰ ਇਹ ਲੱਗਦਾ ਵੀ ਇਹ ਮੈਂ ਕਲੀਅਰ ਹੀ ਕਰ ਚੁੱਕਾ ਹਾਂ ਗੱਲ ਸਾਰੀ ਜਿਹੜੀ ਤੁਸੀਂ ਤੁਲਨਾ ਕੀਤੀ ਵੀ ਡੇਰੇ ਸਰਸੇ ਡੇਰੇ ਵਾਲੇ ਨੇ ਵੀ ਅਤੇ ਗੁਰੂ ਸਾਹਿਬ ਦੇ ਨਾਲ ਹੀ ਮੱਥਾ ਲਾਇਆ ਸੀ, ਗੁਰੂ ਦੀ ਬੇਅਦਬੀ ਕੀਤੀ ਸੀ ਅਤੇ ਉਹਨੂੰ ਮਾਫ਼ੀ ਮਿਲ ਗਈ। ਸਵਾਲ ਇਹ ਹੈ ਕਿ ਕੀ ਉਹ ਮਾਫ਼ੀ ਪੰਥ ਨੇ ਐਕਸੈਪਟ ਕਰ ਲਈ? ਜੇ ਉਹ ਕੀਤੀ ਹੁੰਦੀ ਤਾਂ ਫਿਰ ਅੱਜ ਉਸ ਮਾਫ਼ੀ ਦਾ ਇੰਨਾ ਵਿਰੋਧ ਕਿਉਂ? ਬਾਦਲਾਂ ਦਾ ਬੇੜਾ ਗਰਕ ਹੋ ਗਿਆ ਸਿਰਫ ਇਸ ਗੱਲ ਕਰਕੇ ਕਿ ਉਹਨਾਂ ਨੇ ਆਪਣੇ ਪੋਲੀਟੀਕਲ ਪ੍ਰੈਸ਼ਰ ਦੇ ਜ਼ਰੀਏ ਉਹਨੂੰ ਕਾਗਜ਼ੀ ਤੌਰ ਦੇ ਉੱਤੇ ਜਾਂ ਦਿਖਾਵੇ ਦੇ ਤੌਰ ਦੇ ਉੱਤੇ ਮਾਫ਼ੀ ਦਵਾ ਤੇ ਦਿੱਤੀ। ਕੀ ਪੰਥ ਦੇ ਅੰਦਰ ਉਸ ਮਾਫ਼ੀ ਦੀ ਕੋਈ ਵੈਲਿਊ ਰਹੀ? ਕੀ ਪੰਥ ਨੇ ਡੇਰੇ ਵਾਲੇ ਨੂੰ ਮਾਫ਼ ਕਰ ਦਿੱਤਾ? ਸੋ ਇਹ ਪਬਲਿਕਲੀ ਜਾਂ ਤੁਸੀਂ ਪੋਲੀਟੀਕਲ ਕਿਸੇ ਪ੍ਰੈਸ਼ਰ ਦੇ ਨਾਲ ਤੇ ਕੋਈ ਫੈਸਲੇ ਲੈ ਸਕਦੇ ਹੋ, ਉਹ ਫੈਸਲੇ ਪੰਥਕ ਹੋਣੇ ਜ਼ਰੂਰੀ ਨਹੀਂ। ਸੋ ਇਹ ਪੰਥ ਦਾ ਮਸਲਾ, ਪੰਥ ਨੇ ਅੱਜ ਤੱਕ ਕਦੇ ਵੀ ਗੁਰੂ ਨਾਲ ਮੱਥਾ ਲਾਉਣ ਵਾਲੇ ਨੂੰ ਮਾਫ਼ ਨਹੀਂ ਕੀਤਾ। ਸਾਡਾ ਇਤਿਹਾਸ ਹੀ ਇਹ, ਜਿਹਨੇ ਗੁਰੂ ਨਾਲ ਮੱਥਾ ਲਾਇਆ ਨਾ ਉਹਨੂੰ ਤਾਂ ਬਣਦੀਆਂ ਸਜਾਵਾਂ ਦਿੱਤੀਆਂ। ਬੰਦਾ ਸਿੰਘ ਬਹਾਦਰ ਨੇ ਅੱਟ ਨੇ ਅੱਟ ਖੜਕਾਤੀ ਹੈ ਨਾ, ਅਤੇ ਜਿਹਨਾਂ ਨੇ ਗੁਰੂ ਸਾਹਿਬ ਨਾਲ ਮੱਥੇ ਲਾਏ ਸਿੱਖਾਂ ਨੇ ਨੱਕ 'ਚ ਨਕੇਲ ਪਾ ਪਾ ਕੇ ਕਮਾਏ। ਸਿੱਖਾਂ ਦਾ ਇਤਿਹਾਸ ਹੀ ਹੈ, ਜਿਹਨੇ ਗੁਰੂ ਨਾਲ ਜਦੋਂ ਗੱਲ ਗੁਰੂ ਤੱਕ ਆ ਗਈ ਨਾ ਫਿਰ ਪਿੱਛੇ ਕੁਛ ਨਹੀਂ ਰਹਿ ਜਾਂਦਾ। ਅੱਛਾ, ਜਿਸ ਤਰੀਕੇ ਦੇ ਨਾਲ ਗੁਰਦਾਸ ਮਾਨ ਹੋਰਾਂ ਵੱਲੋਂ ਮਾਫ਼ੀ ਮੰਗੀ ਗਈ, 4 ਸਾਲ ਪੁਰਾਣਾ ਮਸਲਾ ਦੁਬਾਰਾ ਤੋਂ ਚੱਕਿਆ ਜਾ ਰਿਹਾ ਹੈ, ਕੀ ਇਸ ਦੇ ਪਿੱਛੇ ਵੱਡੇ ਕਾਰਨ ਮੰਨਦੇ ਹੋ ਤੁਸੀਂ? ਦੇਖੋ, ਵੱਡੇ ਹੀ ਆ ਕਾਰਨ, ਸਾਰੇ ਵੱਡੇ ਹੀ ਹੁੰਦੇ ਆ। ਜਦੋਂ ਐਡਾ ਵੱਡਾ ਬੰਦਾ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਜਾਂ ਹੈ ਵੀ ਕਈ ਕੁਛ ਲੋਕਾਂ ਦੇ ਲਈ, ਉਹ ਜਦੋਂ ਕੋਈ ਕੰਮ ਕਰਦਾ ਤਾਂ ਉਹਦੇ ਪਿੱਛੇ ਕੋਈ ਖਾਸ ਵਜ੍ਹਾ ਹੀ ਹੁੰਦੀ ਹੈ।
ਜੇ ਉਹਦੀ ਮਾਫੀ ਖਾਸ ਵਜ੍ਹਾ ਆ ਨਾ ਤੇ ਉਹਦਾ ਬੋਲਣਾ ਵੀ ਖਾਸ ਵਜ੍ਹਾ ਸੀ। ਸਾਨੂੰ ਲੱਗਦਾ ਵੀ ਜਦੋਂ ਗੁਰੂ ਸਾਹਿਬ ਦੀ ਤੁਲਨਾ ਕਰਦਾ ਤੇ ਉਹ ਬੜੀ ਪ੍ਰੀ ਪਲੈਨਿੰਗ ਤਰੀਕੇ ਨਾਲ ਕਰਦਾ। ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਪਲੈਨਿੰਗ ਨਹੀਂ ਕਿਤੇ ਹੋ ਗਈ ਇੱਦਾਂ ਨਾ। ਤਾਂ ਅਸੀਂ ਗੁਰਦਾਸ ਮਾਨ ਨੂੰ ਬੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ, ਦੇਖਦੇ ਆ ਰਹੇ ਹਾਂ। ਕਿਸੇ ਟਾਈਮ ਦੇ ਉੱਤੇ ਸਾਡੇ ਮਨਾਂ ਦੇ ਵਿੱਚ ਵੀ ਗੁਰਦਾਸ ਮਾਨ ਦੇ ਪ੍ਰਤੀ ਪਿਆਰ ਅਤੇ ਸਤਿਕਾਰ ਹੁੰਦਾ ਸੀ, ਜਦ ਤੱਕ ਸਾਨੂੰ ਉਹਦੀ ਇੰਟੈਂਸ਼ਨ ਨਹੀਂ ਸਮਝ ਲੱਗੀ। ਜਦੋਂ ਅਸੀਂ ਉਹਦੀ ਇੰਟੈਂਸ਼ਨ ਨੂੰ ਦੂਜੇ ਪੱਖ ਤੋਂ ਦੇਖਣਾ ਸ਼ੁਰੂ ਕੀਤਾ ਵੀ ਇਹ ਤਾਂ ਸਟੇਟ ਸਪੋਂਸਰਡ ਲੱਗ ਰਿਹਾ ਸਾਰਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਇਹਦੇ ਗਾਣਿਆਂ ਵੱਲ ਝਾਤ ਮਾਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਇੱਥੇ ਬੰਦਾ ਲਗਾਤਾਰ ਇੱਕ ਲੰਮੀ ਪ੍ਰੈਕਟਿਸ ਕਰ ਰਿਹਾ, ਖਾਸ ਕਰਕੇ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ। ਉਹਦੀ ਪੂਰੀ ਹਿਸਟਰੀ ਆ ਕਿ 1984 ਤੋਂ ਵੀ ਪਹਿਲਾਂ ਦੇ ਜਿਹੜੇ ਉਹਦੇ ਗੀਤ ਆ ਉਹ ਸਿੱਖਾਂ ਦੇ ਖਿਲਾਫ ਜਾਂਦੇ ਪਏ, ਉਹ ਸਿੱਖ ਹਿਸਟਰੀ ਦੇ ਖਿਲਾਫ ਜਾਂਦੇ ਆ, ਸਿੱਖੀ ਸਿਧਾਂਤਾਂ ਦੇ ਖਿਲਾਫ ਜਾਂਦੇ। ਜਿਹੜੇ ਗੁਰਦਾਸ ਮਾਨ ਨੂੰ ਅੱਜ ਲੋਕ ਬਾਬਾ ਕਹਿ ਕੇ ਸੰਬੋਧਨ ਕਰਦੇ ਉਸੇ ਗੁਰਦਾਸ ਮਾਨ ਦੇ ਐਸੇ ਗੀਤ ਆ, ਸ਼ਾਇਦ ਤੁਸੀਂ ਆਪਸ ਵਿੱਚ ਬੈਠ ਕੇ ਸੁਣ ਹੀ ਨਹੀਂ ਸਕਦੇ। ਦੋ ਦੋਸਤ ਵੀ ਆਪਸ ਵਿੱਚ ਬੈਠ ਕੇ ਸੁਣੋ ਤਾਂ ਸ਼ਾਇਦ ਤੁਹਾਨੂੰ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਹੋਵੇ, ਓਪਨਲੀ ਨਹੀਂ ਸੁਣ ਸਕਦੇ ਤੁਸੀਂ। ਸੋ ਗੁਰਦਾਸ ਮਾਨ ਦੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹਦੇ ਵਿੱਚੋਂ ਗੁਰਦਾਸ ਮਾਨ ਦੇ ਪੁਰਾਣੇ ਗੀਤ ਨਿਕਲਦੇ ਆ, ਜੱਟੀ ਫੁੱਟਵਾਲ ਵਰਗੀ ਸੁੱਤੀ ਪਈ ਵੀ ਸੌਣ ਨਾ ਦੇਵੇ, ਹੈਂ ਉਹ ਗੀਤ ਗਾਉਂਦਾ ਹੈਗਾ ਆ ਮੇਰੇ ਪਿਆਰੇ ਬਾਪੂ ਜੀ ਬੜੇ ਸਤਿਕਾਰੇ ਬਾਪੂ ਜੀ ਬੈਠ ਕੇ ਰਜਾਈ ਵਿੱਚ ਸੇਕੋ ਹੱਡੀਆਂ, ਟੀ ਵੀ ਉੱਤੇ ਦੇਖੀ ਜਾਓ ਬਲਾਊਜ਼ ਚੱਡੀਆਂ। ਉਸ ਟਾਈਮ 'ਤੇ ਕਿਉਂਕਿ ਜੇ ਉਹਨੂੰ ਲੱਗਾ ਚਮਕੀਲਾ ਚੱਲ ਗਿਆ ਤਾਂ ਸ਼ਾਇਦ ਮੈਂ ਵੀ ਗੰਦ ਪੱਕੂੰਗਾ ਤਾਂ ਮੇਰਾ ਵੀ ਨਾਮ ਚੱਲ ਜੂ। ਲੋਕਾਂ 'ਚ ਇੱਕ ਕਿਸੇ ਬੰਦੇ ਦੀ ਇਮੇਜ ਬਣ ਜਾਂਦੀ ਹੈ, ਲੋਕ ਉਹਦੀ ਇਮੇਜ ਤੋਂ ਉਲਟ ਫਿਰ ਉਹਨੂੰ ਐਕਸੈਪਟ ਨਹੀਂ ਕਰਦੇ। ਲੋਕਾਂ ਨੇ ਉਹਦੇ ਉਹ ਗੀਤ ਐਕਸੈਪਟ ਨਹੀਂ ਕੀਤੇ, ਉਹਨੂੰ ਮਜਬੂਰਨ ਕਹਿ ਲਓ ਵੀ ਉਹ ਚੰਗੇ ਪਾਸੇ, ਕਿਉਂਕਿ ਪਹਿਲੇ ਚਾਰ ਚੰਗੇ ਸੀ ਅਤੇ ਲੋਕਾਂ ਨੇ ਉਹਦੀ ਧਾਰਨਾ ਬਣਾ ਲਈ। ਅੱਜ ਜੈਜੀ ਵੀ ਜੋ ਗਾਉਂਦਾ ਪਿਆ ਉਹ ਸਰਤਾਜ ਵਾਂਗ ਗਾਉਣਾ ਚਾਹੂਗਾ, ਜੈਜੀ ਵੀ ਫੇਲ ਹੋ ਜੂਗਾ। ਸਰਤਾਜ ਅਗਰ ਜੈਜੀ ਵੀ ਬਣਨ ਦੀ ਕੋਸ਼ਿਸ਼ ਕਰੂਗਾ ਸਰਤਾਜ ਫੇਲ ਹੋ ਜੂਗਾ। ਤੋ ਹਰ ਇੱਕ ਦੀ ਇੱਕ ਇਮੇਜ ਬਣ ਜਾਂਦੀ, ਲੋਕ ਉਹਨੂੰ ਫਿਰ ਉੱਦਾਂ ਹੀ ਐਕਸੈਪਟ ਕਰਦੇ। ਸੋ ਇਸ ਕਰਕੇ ਗੁਰਦਾਸ ਮਾਨ ਨੇ ਆਪਣੇ ਆਪ ਨੂੰ ਚਮਕੀਲੇ ਦਾ ਤੋੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਨਹੀਂ ਚੱਲਿਆ ਉਸ ਟਾਈਮ ਦੇ ਉੱਤੇ। ਇਸ ਕਰਕੇ ਉਹਦੇ ਗੀਤ ਚੱਲੇ ਨਹੀਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਨਾ। ਪਰ ਇਹ ਨਹੀਂ ਹੈ ਕਿ ਗੁਰਦਾਸ ਮਾਨ ਬਹੁਤ ਦੁੱਧ ਧੋਤਾ ਹੀ ਹੈ ਵੀ ਉਹਨੇ ਅੱਜ ਤੱਕ ਕੁਛ ਮਾੜਾ ਗਾਇਆ ਹੀ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਦੂਸਰੀ ਗੱਲ ਜਿਹੜੀ ਹੈਗੀ ਆ ਵੀ ਗੁਰਦਾਸ ਮਾਨ ਦਾ ਜਦੋਂ ਬਾਹਰਲੀ ਕੰਟਰੀ ਦੇ ਵਿੱਚ ਵਿਰੋਧ ਹੁੰਦਾ ਉਹਦੇ ਵਿਰੋਧ ਦੀ ਜਿਹੜੀ ਉਹਦੀ ਫਰਸਟ੍ਰੇਸ਼ਨ ਹੈ ਉਹਦੇ ਗੀਤਾਂ ਦੇ ਵਿੱਚੋਂ ਸਾਫ਼ ਝਲਕਦੀ ਹੈ, ਜਿਹਨੂੰ ਤਾਂ ਕੋਈ ਬੰਦਾ ਮੁਨਕਰ ਹੀ ਨਹੀਂ ਹੋ ਸਕਦਾ ਜਿਹਦੇ ਅੰਦਰ ਥੋੜ੍ਹੀ ਬਹੁਤ ਵੀ ਸੋਝੀ ਸਮਝ ਹੈਗੀ ਹੈ। ਜਦੋਂ ਸਿੱਖਾਂ ਨੂੰ ਚੜਾਉਂਦਾ ਹੋਇਆ ਕਹਿ ਰਿਹਾ 13 ਦੂਣਾ 26 ਹੈ ਤਾਂ 26 ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਤਾਂ ਲੱਗੀ ਰਹਿਣ ਦੇ, ਅਰਥ ਦੱਸੋ ਕੌਣ ਬੰਦਾ ਕਰਕੇ ਦੱਸ ਸਕਦਾ ਵੀ ਕਿਵੇਂ ਸਿੱਖੀ ਦੇ ਖਿਲਾਫ ਨਹੀਂ ਭੁਗਤਦੀ ਗੱਲ। ਦੁਨੀਆਂ 'ਤੇ ਕੋਈ ਬੰਦਾ ਹੈ ਜਿਹਨੂੰ ਸਿੱਖੀ ਦੀ ਸੋਝੀ ਨਹੀਂ ਤਾਂ ਉਹਨੂੰ ਇਹ ਨਹੀਂ ਪਤਾ ਵੀ ਸਿੱਖਾਂ ਅੰਦਰ 13 ਦੇ ਕੋਨਸੈਪਟ ਦਾ ਕਿੰਨਾ ਸਤਿਕਾਰ ਹੈ। ਗੁਰੂ ਸਾਹਿਬ ਨੇ 13 ਹੀ 13 ਕਹਿ ਕੇ ਸਭ ਕੁਛ ਤੋਲ ਦਿੱਤਾ ਅਤੇ ਸਾਡੇ ਲਈ ਤਾਂ 13 ਨੰਬਰ ਕਿਸੇ ਫੋਨ ਦਾ ਹੋਵੇ ਲੱਖਾਂ ਰੁਪਈਆ ਲੋਕ ਉਹਦਾ ਮੁੱਲ ਪਾ ਦਿੰਦੇ ਆ। ਤੋ ਲੜਾਈਆਂ ਹੁੰਦੀਆਂ ਨੰਬਰ 13 ਲੈਣ ਬਦਲੇ, ਅਤੇ ਹੁਣ ਗੁਰਦਾਸ ਮਾਨ ਉਹ ਤੋਂ ਵਡਿਆ ਕੇ ਗੱਲ ਨੂੰ ਵੱਡੀ ਕਰਕੇ ਡੇਰੇ ਦੀ ਗੱਲ ਨੂੰ ਵੱਡੀ ਦੱਸਣ ਦੇ ਲਈ ਉਹ ਕਹਿੰਦਾ ਸਾਡੇ ਤਾਂ 13 ਦੂਣਾ 26 ਆ ਭਾਈ, 26 ਰਹਿਣ ਦੇ ਕੋਈ ਗੱਲ ਨਹੀਂ। ਉਹ ਕਹਿੰਦਾ ਸਾਈਆਂ ਦੇ ਵੀ ਜਾਂਦੇ, ਮਾਈਆਂ ਦੇ ਵੀ ਜਾਂਦੇ ਹਾਂ, ਅਸੀਂ ਫਲਾਨੀ ਜਗ੍ਹਾ 'ਤੇ ਜਾਂਦੇ ਹਾਂ। ਇੱਕ ਪਾਸੇ ਉਹ ਕਹਿੰਦਾ ਇੱਕ ਦੀ ਹੋ ਜਾਏ, ਇੱਕ ਦੀ ਬਣ ਜਾਏ, ਇੱਕ ਨੂੰ ਗੱਲ ਨਾਲ ਲਾ ਕੇ ਉਹਦਾ ਆਪ ਦੀ ਗੱਲ ਦੇ ਉੱਤੇ ਖਰਾ ਨਹੀਂ ਉਤਰੇ। ਉਹਦੇ ਆਪਣੀ ਜਿਹੜੀ ਸੋਚ ਆ, ਉਹਦੇ ਗੀਤ ਆ, ਉਹਦੇ ਉਹ ਕੱਟਦੇ ਇੱਕ ਦੂਜੇ ਨੂੰ। ਉਹਨੂੰ ਪੁੱਛੋ ਵੀ ਦੋਨਾਂ 'ਚੋਂ ਤੂੰ ਕਿਹੜੀ 'ਤੇ ਖੜਾ ਆ, ਤੂੰ ਕਿਸੇ ਇੱਕ ਦਾ ਢੱਕਣ ਹੈ, ਜੇ ਤੇ ਕਿਸੇ ਇੱਕ ਘੜੇ ਦਾ ਢੱਕਣ ਹੈ ਤੇ ਤੂੰ ਦੱਸ। ਤੂੰ ਆਪ ਗੀਤਾਂ ਦੇ ਵਿੱਚ ਕਹਿਣਾ ਇੱਕ ਦੀ ਹੋ ਜਾ, ਇੱਕ ਦੀ ਬਣ ਜਾ, ਇੱਕ ਨੂੰ ਗੱਲ ਨਾਲ ਲਾ ਕੇ। ਫਿਰ ਤੂੰ ਆਪੇ ਕਹਿਣਾ ਸੀ ਸਾਈਆਂ ਦੇ ਵੀ ਮੰਨ ਜਾਂਦੇ ਆ, ਮਾਈਆਂ ਦੇ ਵੀ ਜਾਂਦੇ, ਮੰਨਿਆ ਵੀ ਥੋੜੇ ਜਿਹੇ ਸ਼ਦਾਈਆਂ ਦੇ ਵੀ ਜਾਂਦੇ, ਫਿਰ ਤੂੰ ਕਿੱਥੇ ਖੜਾ ਹੈ। ਸੋ ਅਸਲ ਦੇ ਵਿੱਚ ਜਿਹੜਾ ਮੈਨੂੰ ਕਿਸੇ ਇੱਕ ਬੜੇ ਸੂਝਵਾਨ ਵਿਅਕਤੀ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜ਼ਿਆਦਾਤਰ ਹਰ ਕਿਸੇ ਨੂੰ ਨਹੀਂ ਤੋਲਦੇ, ਪਰ ਜ਼ਿਆਦਾਤਰ ਜਿਹੜੇ ਇੱਕ ਕਲਾਕਾਰ ਲਿਖਾਰੀ ਹੁੰਦੇ ਆ ਨਾ, ਇਹ ਦੀਵੇ ਦੀ ਤਰ੍ਹਾਂ ਹੁੰਦੇ, ਆਪ ਦੇ ਥੱਲੇ ਨਹੀਂ ਰਹੀਏ। ਸੋ ਇਹਨਾਂ ਬੰਦਿਆਂ ਦਾ ਕੋਈ ਕਿਰਦਾਰ ਨਹੀਂ, ਇਹ ਬੰਦੇ ਸਿਰਫ ਟੂਲ ਵਜੋਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤੇ ਸਟੇਟ ਦੇ ਟੂਲ ਵਜੋਂ ਯੂਜ਼ ਹੋ ਰਹੇ ਆ ਤੇ ਚੱਲਦੇ ਪਏ। ਜਿਸ ਤਰੀਕੇ ਦੇ ਨਾਲ ਮਾਫੀ ਆਈ ਹੈਗੀ ਹੈ, ਤਿੰਨ ਤੋਂ ਚਾਰ ਸਾਲ ਪੁਰਾਣਾ ਇੰਸੀਡੈਂਟ ਰਿਹਾ, ਤੁਸੀਂ ਕੋਰਟਾਂ ਦੇ ਵਿੱਚ ਵੀ ਜਾਂਦੇ ਰਹੇ ਹੋ,
ਵੱਡੀ ਤੋਂ ਵੱਡੀ ਅਦਾਲਤ ਦੇ ਵਿੱਚ ਗਏ ਹੈਗੇ ਹੋ ਇਸ ਮਸਲੇ ਨੂੰ ਲੈ ਕੇ, ਮਾਫ਼ੀ ਦੀ ਵੀ ਗੱਲ ਹੋਈ, ਸਜ਼ਾ ਦੀ ਵੀ ਗੱਲ ਹੋ ਰਹੀ ਹੈ। ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਉਹ ਮਸਲਾ ਨਿਬੜੇਗਾ, ਜਿਸ ਤਰੀਕੇ ਦੇ ਨਾਲ ਮਾਫ਼ੀ ਮੰਗੀ ਜਾ ਰਹੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਬਈ ਮੈਨੂੰ ਜਿਹੜਾ ਹੈਗਾ ਉਹ ਸਿੱਖਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਜੋ ਮੇਰੀ ਸਜ਼ਾ ਹੈਗੀ ਉਹ ਵੀ ਮਿਲਣੀ ਚਾਹੀਦੀ ਹੈ। ਦੇਖੋ, ਕੁਛ ਫੈਸਲੇ ਜਿਹੜੇ ਹੁੰਦੇ ਨਾ ਉਹ ਪੰਥਕ ਹੈ, ਇਹ ਇਸ਼ੂ ਪੰਥਕ ਹੈ, ਕਿਸੇ ਬੰਦੇ ਦਾ ਨਹੀਂ। ਇਹ ਗੁਰਦਾਸ ਮਾਨ ਨੇ ਮੱਥਾ ਸਿੱਧਾ ਰੱਬ ਦੇ ਨਾਲ, ਗੁਰੂ ਸਾਹਿਬ ਦੇ ਨਾਲ ਲਾਇਆ ਅਤੇ ਇਹਦਾ ਫੈਸਲਾ ਕੋਈ ਬੰਦਾ ਜਾਂ ਕੋਈ ਧਿਰ ਨਹੀਂ ਕਰ ਸਕਦੀ। ਸਾਡੇ ਹਿੱਸੇ ਜੋ ਜ਼ਿੰਮੇਦਾਰੀ ਆਈ ਹੈਗੀ ਆ ਵੀ ਜੋ ਕਾਨੂੰਨੀ ਪ੍ਰਕਿਰਿਆ ਪਹਿਲਾਂ ਉਹਦੇ 'ਤੇ ਉੱਤੇ ਅਸੀਂ ਚੱਲਾਂਗੇ, ਜੋ ਉਹਦੀ ਬਣਦੀ ਸਜ਼ਾ ਕਾਨੂੰਨ ਦੇ ਤੌਰ ਦੇ ਉੱਤੇ ਪਹਿਲਾਂ ਪ੍ਰਤੱਖ ਤਾਂ ਹੋਵੇ ਨਾ ਵਾਕਈ, ਜੇ ਕਾਨੂੰਨ ਵੀ ਮੰਨੇ ਵੀ, ਕਿਉਂਕਿ ਅੱਜ ਕੱਲ੍ਹ ਬਹੁਤੇ ਬੰਦੇ ਕਹਿੰਦੇ ਜੀ ਕਾਨੂੰਨ ਨੇ ਛੱਡ ਦਿੱਤਾ ਜਾਂ ਕਿੱਦਾਂ, ਤਾਂ ਸਾਡੇ ਕੋਲ ਪਹਿਲਾ ਸਟੈਪ ਹੈ ਵੀ ਕਾਨੂੰਨ, ਪਰ ਅਸੀਂ ਇਹ ਵੀ ਮੰਨਦੇ ਵੀ ਕਾਨੂੰਨ ਹੀ ਸਾਰਾ ਕੁਛ ਨਹੀਂ ਹੁੰਦਾ। ਰਜਿੰਦਰ ਜੀ, ਕਿਸ ਤਰੀਕੇ ਦੇ ਨਾਲ ਮਾਫ਼ੀ ਗੁਰਦਾਸ ਮਾਨ ਨੂੰ ਹੋਰਾਂ ਨੂੰ ਮਿਲੇਗੀ? ਉਹ ਤਾਂ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਕਿ ਬਈ ਮੇਰੇ ਤੋਂ ਗਲਤੀ ਹੋਈ ਹੈ, ਮੈਂ ਮੰਨਦਾ ਵਾਂ, ਪਰ ਮੈਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਪੰਜਾਬ ਦੇ ਸਿੱਖਾਂ ਨੂੰ, ਵਿਦੇਸ਼ ਦੇ ਵਿੱਚ ਬੈਠੇ ਸਿੱਖਾਂ ਨੂੰ। ਗੁਰਦਾਸ ਮਾਨ ਨੇ ਕਦੀ ਵੀ ਨਹੀਂ ਇਹ ਕਿਹਾ ਕਿ ਮੈਂ ਗਲਤੀ ਕੀਤੀ ਹੈ, ਮੈਨੂੰ ਮੁਆਫ਼ੀ ਚਾਹੀਦੀ ਹੈ। ਗੁਰਦਾਸ ਮਾਨ ਕਹਿੰਦਾ ਹੈ ਕਿ ਮੈਂ ਸੋਚ ਸਮਝ ਕੇ ਜਾਂ ਇੰਟੈਂਸ਼ਨਲੀ ਇੱਦਾਂ ਨਹੀਂ ਕੀਤਾ, ਮਤਲਬ ਸੋਚ ਸਮਝ ਕੇ ਇੰਟੈਂਸ਼ਨਲੀ ਇੱਦਾਂ ਨਹੀਂ ਕੀਤਾ। ਉਹਦੇ ਲਈ ਤਾਂ ਸਾਨੂੰ ਕੋਈ ਐਗਜ਼ਾਮਪਲਾਂ ਜਿੱਦਾਂ ਮਨਜੀਤ ਸਿੰਘ ਉਹਨਾਂ ਨੇ ਦਿੱਤੀਆਂ ਨੇ, ਕੋਈ ਦੱਸਣ ਦੀ ਲੋੜ ਨਹੀਂ ਕਿ ਇੰਟੈਂਸ਼ਨਲੀ ਕੀ ਹੁੰਦਾ ਅਤੇ ਅਨਇੰਟੈਂਸ਼ਨਲੀ ਕੀ ਹੁੰਦਾ। ਗੁਰਦਾਸ ਮਾਨ ਦੀ ਜਿਹੜੀ ਉਹਨੇ ਗਲਤੀ ਕੀਤੀ ਹੈ ਉਹਦੀ ਕੋਈ ਸਜ਼ਾ ਇੱਦਾਂ ਦੀ ਨਹੀਂ ਹੈਗੀ ਜਿਹੜਾ ਹਰਜਿੰਦਰ ਸਿੰਘ, ਮਨਜੀਤ ਸਿੰਘ ਜਾਂ ਕੁਛ ਚੰਨ ਬੰਦੇ ਜਾਂ ਜਥੇਬੰਦੀਆਂ ਦੇ ਦੇਣ। ਉਹਨੇ ਤੁਲਨਾ ਕੀਤੀ ਗੁਰੂ ਮਹਾਰਾਜ ਦੇ ਨਾਲ, ਅਤੇ ਗੁਰੂ ਮਹਾਰਾਜ ਦੇ ਨਾਲ ਤੁਲਨਾ ਕਰਨ ਦੀ ਕੋਈ ਇੱਦਾਂ ਦੀ ਸਜ਼ਾ ਨਹੀਂ ਜਿਹੜੀ ਦੁਨੀਆ 'ਚ ਅਸੀਂ ਦੇ ਸਕੀਏ। ਜੇ ਸਾਡੇ ਮੁਤਾਬਕ ਦੀ ਗੱਲ ਹੋਵੇ, ਗੱਲ ਸਿਰਫ ਇਹੀ ਹੈ ਕਿ ਹੁਣ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਤਰੇ ਉਹ ਚਾਹੁੰਦੇ ਹਾਂ ਕਿ ਉਹਨੂੰ ਬਣਦੀ ਸਜ਼ਾ ਲੱਗ ਜਾਵੇ, ਜਿਹਦੇ ਕਰਕੇ ਸਾਨੂੰ ਹਜੇ ਤੱਕ ਤਾਂ ਨਿਰਾਸ਼ਾ ਹੀ ਹੱਥ ਲੱਗੀ ਹੈ, ਮਗਰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੁਪਰੀਮ ਕੋਰਟ ਤੱਕ ਜਾਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਦਾਲਤੀ ਪ੍ਰਕਿਰਿਆ ਤੋਂ ਵਿੱਚੋਂ ਹੀ ਸਾਰਾ ਕੁਛ ਉਹਨੂੰ ਜੋ ਉਹਦੀਆਂ ਸਜ਼ਾਵਾਂ ਬਣਦੀਆਂ ਮਿਲ ਜਾਣ, ਦੁਨਿਆਵੀ ਤੌਰ 'ਤੇ ਸੋਸ਼ਲ ਸਮਾਜ ਦੇ ਵਿੱਚ ਉਹਨੂੰ ਜਿਹੜੀਆਂ ਸਜ਼ਾਵਾਂ ਅਸੀਂ ਦੇ ਹੀ ਰਹੇ ਹਾਂ, ਜਿਹੜਾ ਉਹਦਾ ਉੱਥੇ ਪ੍ਰੋਗਰਾਮ ਦਾ ਰੱਦ ਹੋਣਾ ਜਾਂ ਉਹਨੂੰ ਬਾਕੀ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੇ ਵੱਲੋਂ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ, ਇਹ ਸਾਰਾ ਕੁਛ ਤਾਂ ਚੱਲ ਹੀ ਰਿਹਾ, ਉਹ ਚੱਲਦਾ ਰਹਿਣਾ। ਮਗਰ ਗੁਰਦਾਸ ਮਾਨ ਇਹ ਕਹੇ ਕਿ ਉਹ ਡੇਰੇ ਵਿੱਚ ਆਪਣੇ ਜੋ ਮਰਜ਼ੀ ਬਿਆਨ ਦੇ ਦੇਵੇ ਅਤੇ ਅਸੀਂ ਉਹਨੂੰ ਇੱਦਾਂ ਬਖਸ਼ ਦੇਵਾਂਗੇ, ਇੱਦਾਂ ਦਾ ਕੁਛ ਨਹੀਂ ਚੱਲਣਾ ਹੈਗਾ, ਅਤੇ ਨਾ ਹੀ ਉਹਨੂੰ ਡੇਰਿਆਂ ਦੇ ਵਿੱਚ। ਮੈਨੂੰ ਹੁਣ ਇਹ ਵੀ ਪਤਾ ਲੱਗਾ ਇੱਕ ਮੀਡੀਆ ਦੇ ਬੰਦੇ ਦੇ ਰਾਹੀਂ ਕਿ ਸ਼ਾਇਦ ਗੁਰਦਾਸ ਮਾਨ ਨੇ ਕੱਲ੍ਹ ਚੰਡੀਗੜ੍ਹ ਦੇ ਲਈ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ, ਜੇ ਕਰਦਾ ਤਾਂ ਸਾਨੂੰ ਇਸ ਚੀਜ਼ 'ਤੇ ਕੋਈ ਇਤਰਾਜ਼ ਨਹੀਂ, ਉਹ ਕਰੇ। ਅਸੀਂ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦੇ, ਕਿਉਂਕਿ ਇਹ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਕੋਈ ਦਖਲਅੰਦਾਜ਼ੀ ਹੋਵੇ। ਅਸੀਂ ਇੱਦਾਂ ਦਾ ਕੁਛ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਆਪਣਾ ਪੂਰਾ ਪੱਖ ਰੱਖੇ। ਪੱਖ ਰੱਖਣ ਤੋਂ ਬਾਅਦ ਵੀ ਕਾਨੂੰਨ ਤੋਂ ਨਹੀਂ, ਇਹ ਜਿਹੜੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਤੋਂ ਇਹ ਬਚ ਨਹੀਂ ਸਕਦਾ ਕਾਨੂੰਨੀ ਪ੍ਰੋਸੈਸ ਦੇ ਮੁਤਾਬਕ। ਹਾਂ, ਜਿਹੜੀਆਂ ਇਹਨੇ ਰਸੂਖ ਕਰਕੇ ਪੈਸੇ ਕਰਕੇ ਜਿਹੜੀਆਂ ਚੀਜ਼ਾਂ ਨੂੰ ਇਹ ਡੀਲ ਕਰਕੇ ਅਜੇ ਤੱਕ ਬਚਦਾ ਆ ਰਿਹਾ, ਉਹਨਾਂ ਚੀਜ਼ਾਂ ਨੇ ਸਦਾ ਸਾਥ ਨਹੀਂ ਰਹਿਣਾ, ਇਹ ਚੀਜ਼ਾਂ ਸਦਾ ਨਹੀਂ ਰਹਿਣੀਆਂ। ਜਿਹੜੇ ਇਹਦੇ ਗੁਨਾਹ ਨੇ ਨਾ ਬਖਸ਼ਣਯੋਗ, ਇਹਦੀ ਕੋਈ ਮੁਆਫ਼ੀ ਨਹੀਂ ਹੈਗੀ। ਇਸ ਦੀ ਮਾਫ਼ੀ ਕੀ ਸਜ਼ਾ ਹੀ ਹੈਗੀ ਹੈ, ਇਸ ਤੋਂ ਇਲਾਵਾ ਕੋਈ ਮਾਫ਼ੀ ਨਹੀਂ ਹੋ ਸਕਦੀ? ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈਗਾ ਹੈ ਕਿ ਜਿਵੇਂ ਡੇਰਾ ਇੱਕ ਹੈਗਾ ਡੇਰਾ ਮੁਖੀ ਵੱਲੋਂ ਜਦੋਂ ਗੁਰੂ ਮਹਾਰਾਜ ਜੀ ਦਾ ਜਿਹੜਾ ਹੈਗਾ ਉਹ ਰੂਪ ਧਾਰਿਆ ਗਿਆ ਸੀਗਾ, ਉਸਨੂੰ ਵੀ ਇੱਕ ਸਮੇਂ ਦੇ ਵਿੱਚ ਮਾਫ਼ੀ ਮਿਲੀ ਸੀਗੀ, ਪਰ ਉਸ ਤੋਂ ਬਾਅਦ ਜੋ ਵੀ ਰੋਸ ਦੇਖਿਆ ਅਤੇ ਦੁਬਾਰਾ ਉਸਨੂੰ ਸਜ਼ਾ ਲੱਗ ਗਈ ਹੈਗੀ। ਕੀ ਇਸ ਦੀ ਮਾਫ਼ੀ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਵੀ ਮਿਲ ਜਾਵੇਗੀ? ਜਿਹੜੀ ਉਹ ਮਾਫ਼ੀ ਸੀ ਨਾ ਪੋਲੀਟੀਕਲ ਸੀਗੀ, ਅੱਜ ਉਹ ਸਾਰੀ ਚੀਜ਼ਾਂ ਸਮਾਜ ਦੇ ਮੂਹਰੇ ਨੰਗੀਆਂ ਹੋ ਕੇ ਸਾਹਮਣੇ ਆ ਗਈਆਂ। ਜਦੋਂ ਰਾਮ ਰਹੀਮ ਦੀ ਤੁਸੀਂ ਗੱਲ ਕੀਤੀ ਹੈ, ਰਾਮ ਰਹੀਮ ਨੇ ਜਦੋਂ ਮਹਾਰਾਜ ਦਾ ਸਵਾਂਗ ਰਚਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਿਆ, ਉਸ ਤੋਂ ਬਾਅਦ ਜਿਹੜੀ ਉਹਨੂੰ SGPC ਵੱਲੋਂ ਮੁਆਫ਼ੀ ਦੇਣ ਦੀ ਗੱਲ ਚੱਲੀ,
ਉਹ ਅੱਜ ਸਾਰਾ ਕੁਝ ਸਾਹਮਣੇ ਆ ਗਿਆ। ਦੇਖੋ ਅੱਜ ਉਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਤਨਖਾਹਾਂ ਲੱਗਣ ਲੱਗੀਆਂ ਹੋਈਆਂ, ਅੱਜ ਉਹਨਾਂ ਨੂੰ ਤਨਖਾਹੀਆ ਕਰਾਰ ਕੀਤਾ ਉਹ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਨੇ ਉਹਨਾਂ ਨੂੰ ਮਾਫ਼ ਕਰਨਾ ਚਾਹਿਆ ਸੁਖਬੀਰ ਬਾਦਲ ਵਰਗਿਆਂ ਨੇ, ਉਹਦੇ ਨਾਲ ਜਿਹੜੇ ਉਹਦੇ ਸਾਥੀ ਸੀਗੇ ਸਾਰੇ ਅੱਜ ਤਨਖਾਹੀਏ ਨੇ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਸਜ਼ਾ ਲੱਗਣੀਆਂ ਨੇ। ਰਾਮ ਰਹੀਮ ਨੂੰ ਬਤੌਰ, ਕਿਉਂਕਿ ਉਹ ਇੱਕ ਡੇਰੇ ਦਾ ਮੁਖੀ ਸੀਗਾ ਔਰ ਉਹ ਸਿੱਖ ਨਹੀਂ ਸੀਗਾ, ਉਹਨੂੰ ਸਿੱਖ ਰਵਾਇਤਾਂ ਅਨੁਸਾਰ ਉੱਥੇ ਮੁਆਫ਼ੀ ਨਹੀਂ ਮਿਲ ਸਕਦੀ, ਇਹ ਤਾਂ ਪ੍ਰੋਸੈਸ ਹੀ ਨਹੀਂ ਸੀਗਾ ਪਹਿਲੀ ਗੱਲ ਤਾਂ। ਇਸੇ ਤਰ੍ਹਾਂ ਜਿਹੜਾ ਗੁਰਦਾਸ ਮਾਨ ਹੈਗਾ, ਕਿਉਂਕਿ ਇਹ ਆਲਰੇਡੀ ਇੱਕ ਡੇਰਾ ਚਲਾ ਰਿਹਾ, ਡੇਰਾ ਚਲਾਉਣ ਵਾਲਾ ਇੱਕ ਵੱਖਰੀ ਸੰਪਰਦਾ, ਇੱਕ ਵੱਖਰਾ ਧਰਮ ਚਲਾ ਰਿਹਾ ਇੱਕ ਤਰ੍ਹਾਂ ਨਾਲ, ਜਿਹੜਾ ਹੁਣ ਉਸ ਧਰਮ 'ਚ ਬਿਲੀਵ ਹੀ ਨਹੀਂ ਕਰਦਾ, ਉਹ ਵੱਖਰੇ ਸਿਧਾਂਤ, ਵੱਖਰੇ ਕਾਇਦੇ ਕਾਨੂੰਨ ਜਾਂ ਵੱਖਰੀਆਂ ਸੰਪਰਦਾਵਾਂ ਦੇ ਤਰ੍ਹਾਂ ਉਹ ਇੱਕ ਡੇਰਾ ਚਲਾ ਰਿਹਾ। ਉਸ ਡੇਰੇ ਨੂੰ ਅਸੀਂ ਕਿੱਦਾਂ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇ ਸਕਦੇ ਹਾਂ? ਉਹ ਤਾਂ ਸਜ਼ਾਵਾਂ ਉਹਦੇ ਲਈ ਹੈ ਹੀ ਨਹੀਂ ਹੈ। ਹਾਂ, ਸਿੱਖ ਸਜ਼ਾ ਦੇ ਸਕਦੇ ਉਹਨੂੰ ਜਿੱਦਾਂ ਅਸੀਂ ਦਿੰਦੇ ਰਹੇ ਹਾਂ, ਮਗਰ ਗੱਲ ਸਿਰਫ ਹੈਗੀ ਆ ਕਿ ਇਸ ਵੇਲੇ ਗੱਲ ਕਾਨੂੰਨ ਦੇ ਦਾਇਰੇ 'ਚ ਆ, ਕਾਨੂੰਨੀ ਤੌਰ 'ਤੇ ਅਸੀਂ ਲੜਾਈ ਨੂੰ ਲੜ ਰਹੇ ਹਾਂ, ਕਾਨੂੰਨੀ ਤੌਰ 'ਤੇ ਅਸੀਂ ਸੁਪਰੀਮ ਕੋਰਟ ਹੈ ਹੁਣ, ਕਿਉਂਕਿ ਉਹਨੇ ਮਾਫ਼ੀ ਮੰਗੀ ਆ। ਗੱਲ ਤਾਂ ਸੀਗੀ ਕਿ ਸੁਪਰੀਮ ਕੋਰਟ ਦੀ ਜਜਮੈਂਟ ਦੇ ਬਾਅਦ ਵੀ ਸਾਨੂੰ ਆਪਣਾ ਸਪਸ਼ਟੀਕਰਨ ਜਾਂ ਆਪਣਾ ਸਟੈਂਡ ਦੇਣਾ ਪੈਣਾ ਮੀਡੀਆ ਨੂੰ ਆ ਕੇ, ਕਿਉਂਕਿ ਗੁਰਦਾਸ ਮਾਨ ਨੇ ਜਿਹੜੀ ਰੇਡੀਓ ਦੇ ਉੱਤੇ ਇੰਟਰਵਿਊ ਦਿੱਤੀ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦਾ ਅਤੇ ਸਾਨੂੰ ਦੋਸ਼ੀ ਦੱਸ ਰਿਹਾ, ਉਸ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਗੁਰਦਾਸ ਮਾਨ ਕਹਿੰਦਾ ਸਿੱਖ ਇੰਨੀ ਜਿੱਦ ਨਾ ਕਰਨ, ਉਹਨਾਂ ਲਈ ਇੰਨੀ ਚੰਗੀ ਨਹੀਂ, ਮੈਂ ਪੰਜਾਬੀ ਲਈ ਬਹੁਤ ਕੁਛ ਕੀਤਾ, ਪੰਜਾਬੀ ਮਾਂ ਬੋਲੀ ਨੇ ਮੈਨੂੰ ਬੜਾ ਕੁਛ ਦਿੱਤਾ, ਹੁਣ ਉਹ ਇਹ ਗੱਲਾਂ ਕਰਨ ਲੱਗ ਪਿਆ, ਸਾਨੂੰ ਨਾਲ ਨਾਲ ਚੈਲੰਜ ਵੀ ਕਰ ਰਿਹਾ ਕਿ ਸਿੱਖ ਭੁੱਲ ਜਾਣਗੇ, ਸਾਨੂੰ ਇਹ ਚੀਜ਼ਾਂ ਸਾਰੀਆਂ ਸਮਝ ਆਉਂਦੀਆਂ। ਗੁਰਦਾਸ ਮਾਨ ਕੀ ਕਹਿਣਾ ਚਾਹੁੰਦਾ, ਗੁਰਦਾਸ ਮਾਨ ਦਾ ਕੀ ਸਟੈਂਡ ਆ, ਉਹਨੂੰ ਮੁਆਫ਼ੀ ਦੇ ਮਤਲਬ ਜਿਹੜੇ ਮਾਇਨੇ ਉਹ ਕੀ ਕੱਢਣਾ ਚਾਹੁੰਦਾ, ਅਸੀਂ ਉਹਨੂੰ ਦੁਬਾਰਾ ਸਪੇਸ ਨਹੀਂ ਦੇਣਾ ਚਾਹੁੰਦੇ ਕਿ ਜਿਹੜੀ ਉਹਨੇ ਗੁਰੂ ਅਮਰਦਾਸ ਮਾਰ ਦੀ ਤੁਲਨਾ ਆਪਣੇ ਡੇਰੇ ਦੇ ਬੀੜੀਆਂ ਪੀਣ ਵਾਲੇ ਬੰਦੇ ਨਾਲ ਕੀਤੀ ਆ, ਕਿ ਦੁਬਾਰਾ ਦੀ ਕੋਈ ਇੱਦਾਂ ਗਲਤੀ ਕਰੇ, ਕੋਈ ਗੁੰਜਾਇਸ਼ ਨਹੀਂ ਛੱਡਣੀ ਆਪਾਂ ਇੱਦਾਂ ਦੀ, ਇਹ ਵਹਿਮ ਹੋਊਗਾ ਉਹਨੂੰ, ਉਹ ਅਸੀਂ ਵਹਿਮ ਕੱਢਣਾ ਐਤ ਕੀ ਉਹਦਾ। ਅੱਛਾ, ਉਹ ਤਾਂ ਇੰਟਰਵਿਊ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਵੀ ਡੇਰੇ ਦੀ ਗੱਲ ਕਿਸ ਜਗ੍ਹਾ ਤੋਂ ਆ ਗਈ, ਡੇਰਾ ਤਾਂ ਹਮੇਸ਼ਾ ਹੀ ਜਿਹੜਾ ਹੈ ਉਹ ਲੋਕਾਂ ਨੂੰ ਚੰਗਾ ਸੁਨੇਹਾ ਦੇ ਰਿਹਾ ਹੈ, ਮੈਂ ਵੀ ਜੇਕਰ ਡੇਰੇ ਦੇ ਵਿੱਚ ਜਾਂਦਾ ਹੈ ਤਾਂ ਚੰਗੇ ਸੁਨੇਹੇ ਦੇ ਰਾਹੀਂ ਜਿਹੜਾ ਹੈਗਾ ਹੈ ਲੋਕਾਂ ਨੂੰ ਮਿਲਦਾ ਵਿਚਰਦਾ ਹੈਗਾ, ਡੇਰੇ ਦੀ ਗੱਲ ਕਿਉਂ ਵਿੱਚ ਜਿਹੜੀ ਕੀਤੀ ਜਾ ਰਹੀ ਹੈ? ਅੱਛਾ, ਇੱਕ ਗੱਲ ਇਹ ਵੀ ਜ਼ਰੂਰ ਹੈ ਤੁਹਾਨੂੰ ਕਿ ਖਦਸ਼ਾ ਹੈ ਕਿ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਹੋਰਾਂ ਨੂੰ ਮਾਫ਼ੀ ਮਿਲੀ ਪੋਲੀਟੀਕਲ ਪ੍ਰੈਸ਼ਰ ਦੇ ਰਾਹੀਂ, ਕੀ ਗੁਰਦਾਸ ਮਾਨ ਨੂੰ ਵੀ ਮਾਫ਼ੀ ਮਿਲ ਸਕਦੀ ਹੈ? ਬਿਲਕੁਲ, ਸਾਨੂੰ ਕੋਈ ਖਦਸ਼ਾ ਨਹੀਂ ਹੈਗਾ, ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਲੀਅਰ ਕੀਤਾ ਹੋਇਆ, ਜਥੇਬੰਦੀਆਂ ਲਗਾਤਾਰ ਇੱਕ ਦੂਜੇ ਨਾਲ ਰਾਫਤਾਂ 'ਚ ਹੈਗੀਆਂ। ਗੁਰਦਾਸ ਮਾਨ ਨੂੰ ਕੋਈ ਸਾਡੇ ਅਦਾਰਿਆਂ ਤੋਂ ਮੁਆਫ਼ੀ ਲੈਣ ਦਾ ਅਧਿਕਾਰ ਹੀ ਹੈ ਨਹੀਂ ਹੈ, ਅਤੇ ਨਾ ਉਹਨਾਂ ਤੱਕ ਉਹਨੇ ਪਹੁੰਚ ਕਰਨੀ, ਨਾ ਅਸੀਂ ਕਰਨ ਦੇਣੀ ਹੈ, ਨਾ ਉਹਨਾਂ ਨੂੰ ਅਸੀਂ ਚਾਹਵਾਂਗੇ ਕਿ ਜਥੇਦਾਰ ਹੋਣਾ ਇੱਦਾਂ ਦਾ ਕੋਈ ਸਟੈਂਡ ਲੈਣ, ਉਹਦਾ ਕਾਰਨ ਨਹੀਂ। ਕਾਰਨ ਇਸ ਕਰਕੇ ਹੈਗਾ, ਜਿੱਦਾਂ ਮੈਂ ਦੱਸਿਆ ਕਿ ਉਹ ਸਾਡੇ ਧਰਮ ਦਾ ਪਾਰਟ ਨਹੀਂ ਹੈਗਾ। ਦੂਜੀ ਗੱਲ ਹੈਗੀ ਆ, ਉਹ ਆਪਣੇ ਆਪ ਨੂੰ ਵੱਧ ਦੱਸਦਾ, ਉਹ ਕਹਿੰਦਾ ਅਸੀਂ ਚੁਗਣੇ ਹਾਂ, 13-26 ਦੀ ਹੁਣੀ ਵਾਰਨ ਭਾਈ ਦੇ ਕੇ ਹਟੇ ਆ ਭਾਈ ਸਾਹਿਬ ਮਨਜੀਤ ਸਿੰਘ ਜੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਮਝੋ, ਅੱਜ ਆ ਬੰਦਾ ਕਿਸੇ ਤਰੀਕੇ ਮੁਆਫ਼ੀ ਮੰਗ ਕੇ ਜੇ ਬਚ ਜਾਂਦਾ, ਕੀ ਇਹ ਦੁਬਾਰਾ ਗਲਤੀਆਂ ਨਹੀਂ ਕਰੂਗਾ? ਇਹਦੇ ਤਾਂ ਅੰਦਰ ਭਰੀਆਂ ਪਈਆਂ ਨੇ, KPS ਗਿੱਲ ਬੇਅੰਤੇ ਹੋਣਾ ਨਾਲ ਜਿਹੜੇ ਬੁੱਟੜਾਂ ਨੇ ਇਹਨਾਂ ਦੀ ਯਾਰੀਆਂ ਨਹੀਂ ਨੇ, ਉਹ ਮਜਬੂਰ ਕਰਦੀਆਂ ਇਹਨਾਂ ਨੂੰ ਆ ਕੇ ਕਿ ਤੁਸੀਂ ਇਹ ਬੋਲੋ ਸਿੱਖਾਂ ਦੇ ਖਿਲਾਫ਼। ਇਹ ਇਹਨਾਂ ਚੀਜ਼ਾਂ ਦੇ ਅੰਦਰੋਂ ਰੱਜਿਆ ਹੋਇਆ, ਇਹ ਇਹਨਾਂ ਚੀਜ਼ਾਂ ਲਈ ਤਿਆਰ ਆ, ਪ੍ਰਪੇਅਰਡ ਆ, ਏਜੰਡੇ ਦੇ ਤਹਿਤ ਸਭ ਕੁਝ ਕਰਦਾ, ਇਹ ਕਲਾਕਾਰ ਨੇ, ਮਗਰਮੱਛ ਦੇ ਆਂਸੂ ਰੋਂਦਾ। ਇੱਥੇ ਸਾਨੂੰ ਕੋਈ ਵੀ ਮਤਲਬ ਇੱਦਾਂ ਇਹਦਾ ਹੱਲ ਇਸ ਤਰੀਕੇ ਨਾਲ ਨਹੀਂ ਕੱਢਣਾ ਚਾਹੀਦਾ, ਸਾਨੂੰ ਕਲੀਅਰ ਆ ਗੱਲਾਂ ਬਿਲਕੁਲ। ਬਸ ਆਖਰੀ ਸਵਾਲ ਮੇਰਾ, ਕਿਸ ਤਰੀਕੇ ਦੇ ਨਾਲ ਗੁਰਦਾਸ ਮਾਨ ਹੋਰਾਂ ਨੂੰ ਮਾਫ਼ੀ ਮਿਲ ਸਕਦੀ ਹੈ, ਕੀ ਹੋਣਾ ਚਾਹੀਦਾ? ਮਾਫ਼ੀ ਨਹੀਂ ਮਿਲ ਸਕਦੀ, ਸਜ਼ਾ ਉਹਨੂੰ ਭੁਗਤਣੀ ਪੈਣੀ, ਇਹ ਕਲੀਅਰ ਕੱਟ ਆ। ਮਾਫ਼ੀ ਕੋਈ ਨਹੀਂ ਇਸ ਚੀਜ਼ ਦੇ ਲਈ, ਬਣਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ। ਪਹਿਲਾਂ ਅਜੇ ਕਾਨੂੰਨ ਦੀ ਵੇਟ ਕਰਦੇ ਹਾਂ, ਬਾਕੀ ਲੋਕਾਂ ਕੋਲ ਜਿੰਨਾ ਅਖਤਿਆਰ ਹੈ ਉਹ ਤਾਂ ਉਹਨੂੰ ਸਜ਼ਾ ਦੇ ਹੀ ਰਹੇ ਆ। ਇੱਕ ਕਲਾਕਾਰ ਦੇ ਲਈ, ਕਿਉਂਕਿ ਜਿਹੜੀ ਸ਼ੋਹਰਤ ਹੁੰਦੀ ਨਾ, ਉਹਦਾ ਨਸ਼ਾ ਅਤੇ ਸਰੂਰ ਬਹੁਤ ਜ਼ਿਆਦਾ ਹੁੰਦਾ। ਇਸ ਵੇਲੇ ਜਿਹੜੇ
ਗੁਰਦਾਸ ਮਾਨ ਦੇ ਜੇ ਕੋਈ ਹੰਝੂ ਵੀ ਨਿਕਲਦੇ ਪਏ ਆ ਨਾ, ਉਹ ਪੈਸੇ ਕਰਕੇ ਘੱਟ ਹੈ, ਸ਼ੋਹਰਤ ਕਰਕੇ ਜ਼ਿਆਦਾ। ਜਿੱਥੇ ਜੈ ਜੈਕਾਰ ਹੁੰਦੀ ਸੀ ਗੁਰਦਾਸ ਮਾਨ, ਗੁਰਦਾਸ ਮਾਨ, ਲਾਲਾ, ਅੱਜ ਉਹਨੂੰ ਕੁੱਤਾ ਨਹੀਂ ਪੁੱਛਦਾ ਪਿਆ ਪੰਜਾਬ ਦੇ ਵਿੱਚ, ਕੁੱਤਾ ਨਹੀਂ ਪੁੱਛਦਾ ਪਿਆ ਪੰਜਾਬ ਦੇ ਵਿੱਚ। ਉਹ ਲੁਕ ਛੁਪ ਕੇ ਆਉਂਦਾ, ਲੁਕ ਛੁਪ ਕੇ ਚੱਲ ਜਾਂਦਾ, ਸ਼ਰੇਆਮ ਲੋਕਾਂ 'ਚ ਵਿਚਰ ਨਹੀਂ ਸਕਦਾ ਜਿੱਦਾਂ ਪਹਿਲਾਂ ਵਿਚਰਦਾ ਸੀ। ਅੱਜ ਉਹਦੇ ਸ਼ੋਅ ਰੱਦ ਹੋਏ, ਬਹੁਤ ਵੱਡੀ ਐਗਜ਼ੈਂਪਲ ਹੈ ਇਹ ਵੀ ਲੋਕਾਂ ਨੇ ਰੱਦ ਕੀਤੇ ਆ, ਲੋਕ ਨਹੀਂ ਚਾਹੁੰਦੇ ਉਹਨੂੰ ਸੁਣਨਾ। ਉਹ ਟੀਵੀ ਚੈਨਲਾਂ 'ਤੇ ਜਿੰਨਾ ਮਰਜ਼ੀ ਝੂਠ ਮਾਰੀ ਜਾਵੇ ਮੇਰੇ ਫਲਾਨਾ ਸ਼ੋਅ ਸਕਸੈਸ ਗਿਆ, ਮੇਰਾ ਫਲਾਨਾ ਸਕਸੈਸ ਗਿਆ, ਕੋਈ ਸਕਸੈਸ ਨਹੀਂ ਗਿਆ। ਕੋਈ ਬੇਹੁਦਾ ਬੰਦਾ ਇਹੋ ਜਿਹੜਾ ਉਹਨੂੰ ਸੁਣਨ ਜਾਂਦਾ, ਅਦਰਵਾਈਜ਼ ਜਿਹੜਾ ਥੋੜ੍ਹਾ ਬਹੁਤ ਵੀ ਅਣਖੀ ਗੈਰਤਮੰਦ ਬੰਦਾ ਆ ਅਤੇ ਜਿਹਦੇ ਮਨ ਦੇ ਅੰਦਰ ਰੱਤੀ ਭਰ ਵੀ ਗੁਰੂ ਸਾਹਿਬ ਦੇ ਪ੍ਰਤੀ ਸਤਿਕਾਰ ਹੈ ਨਾ, ਉਹ ਗੁਰਦਾਸ ਮਾਨ ਨੂੰ ਆਪਣੇ ਫੋਨ 'ਤੇ ਨਹੀਂ ਪਲੇ ਕਰਦਾ, ਸਟੇਜ 'ਤੇ ਸੁਣ ਜਾਣਾ ਤਾਂ ਬਹੁਤ ਦੂਰ ਦੀ ਗੱਲ, ਉਹ ਫੋਨ 'ਤੇ ਨਹੀਂ ਲਾਉਂਦਾ ਅੱਜ ਕੱਲ੍ਹ ਕੋਈ। ਉਹਨੂੰ ਪੁੱਛੋ ਤੇਰੇ ਰਿਵਿਊ ਕਿੰਨੇ ਘੱਟ ਗਏ, ਲੋਕ ਫੋਨ 'ਤੇ ਨਹੀਂ ਸੁਣਦੇ ਮਹਾਰਾਜ, ਜਿੱਥੇ ਕੋਈ ਨਹੀਂ ਦੇਖਣ ਵਾਲਾ, ਕੋਈ ਨਹੀਂ ਪੁੱਛਣ ਵਾਲਾ, ਉੱਥੇ ਨਹੀਂ ਦੇਖਦੇ ਗੁਰਦਾਸ ਮਾਨ ਨੂੰ। ਮੈਂ ਕਹਿ ਰਿਹਾ ਕਿ ਅਸੀਂ ਕਿਸੇ ਟਾਈਮ ਦੇ ਉੱਤੇ ਗੁਰਦਾਸ ਮਾਨ ਦੇ ਫੈਨ ਰਹੇ, ਜਦ ਤੱਕ ਨਹੀਂ ਸੋਚੀ ਸੀ ਨਹੀਂ ਸੀ, ਅੱਜ ਦੇਖ ਰਿਹਾ ਨਾ ਕਲੀਅਰ ਕੱਟ, ਲਗਾਤਾਰ ਇੱਕ ਬੰਦਾ ਉਹ ਜ਼ਹਿਰ ਉਗਲਦਾ ਪਿਆ ਲਗਾਤਾਰ, ਇੱਕ ਸਟੈਪ 'ਤੇ ਥੋੜ੍ਹੀ। ਫਿਰ ਉਹਦਾ ਗਾਣਾ ਆਇਆ ਪਿੱਛੇ ਜੇ ਲੋਕਡਾਊਨ ਦੇ ਵਿੱਚ, ਜਦੋਂ ਇਹਨੇ ਗੀਤ ਗਾਇਆ, ਉਹ ਤੁਸੀਂ ਗੀਤ ਸੁਣੋ, ਸਾਰੇ ਗੀਤ 'ਚ ਸਾਰੀ ਦੁਨੀਆ ਨੂੰ ਦੋਸ਼ੀ ਦੱਸੀ ਜਾਂਦਾ। ਉਹ ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਕੀਤਾ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਆਪੇ ਮੈਂ ਗੁਨਾਹਗਾਰ, ਆਪੇ ਵਕੀਲ ਅਤੇ ਆਪੇ ਜੱਜ, ਆਪੇ ਫੈਸਲੇ ਆਪੇ ਦੇਈ ਜਾਂਦਾ ਨਾ, ਇਹ ਕੁਛ ਹੀ ਕਰਦਾ ਪਿਆ ਉਹ। ਹੁਣ ਜਿਹੜੀ ਪਿੱਛੇ ਜਿਹੜੇ ਬੰਦੇ ਉਹਨੂੰ ਤਾਕਤ ਦੇਣ ਵਾਲੇ ਹੈਗੇ ਆ, ਉਹ ਉਹਦੀਆਂ ਇੰਟਰਵਿਊਆਂ ਕਰਾ ਰਹੇ, ਉਹਦੇ ਸ਼ੋਅ ਕਰਾ ਰਹੇ ਆ, ਪੈਸਾ ਆਪ ਇਨਵੈਸਟ ਕਰਦੇ ਪਏ, ਸਟੇਟ ਨਾਲ ਜਾ ਰਹੀਆਂ ਅਤੇ ਸਟੇਟ ਪਿੱਛੇ ਖੜਦੀ ਹੈ। ਠੀਕ ਹੈ, ਸ਼ੁਕਰੀਆ। ਬਿਲਕੁਲ, ਆਵਾਜ਼ ਕੌਮ ਜਥੇਬੰਦੀ ਦੀ ਜਿਹੜੇ ਨੇ ਲੀਡਰ ਸਾਡੇ ਨਾਲ ਨੇ, ਆਗੂ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਇਹਨਾਂ ਦਾ ਕਹਿਣਾ ਕਿ ਗੁਰਦਾਸ ਮਾਨ ਹੋਰਾਂ ਨੂੰ ਕਿਸੇ ਵੀ ਤਰੀਕੋਂ ਮਾਫ਼ੀ ਜਿਹੜੀ ਹੈ ਉਹ ਨਹੀਂ ਮਿਲ ਸਕਦੀ ਹੈ, ਸਜ਼ਾ ਗੁਰਦਾਸ ਮਾਨ ਨੂੰ ਭੁਗਤਣੀ ਪੈਣੀ ਹੈ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਜਲੰਧਰ।